ਲੋਕਾਂ ਨੂੰ ਅੱਜ ਤੱਕ ਅੱਲਾਹ ਦੇ ਕੋਲੋਂ ਮਾਫੀ ਮੰਗਣ ਦਾ ਚੱਜ ਹੀ ਨਹੀਂ ਆਇਆ। ਅੱਲਾਹ ਦੇ ਕੋਲੋਂ ਮਾਫੀ ਮੰਗਣ ਦਾ ਇਹ ਨਹੀਂ ਕਹੀਦਾ ਅੱਲਾਹ ਮੇਰੀ ਤੌਬਾ, ਇਹ ਕੋਈ ਮਾਫੀ ਨਹੀਂ। ਤਵੱਜੋ ਕਰਨਾ, ਇੱਕ ਵੇ ਮਾਫੀ, ਇੱਕ ਵੇ ਬੇਵਕੂਫੀ। ਅਕਸਰ ਲੋਕ ਬੇਵਕੂਫੀ ਕਰਦੇ ਨੇ, ਮਾਫੀ ਨਹੀਂ ਮੰਗਦੇ। ਬੇਵਕੂਫੀ ਪਤਾ ਕੀ ਹੈ, ਇੱਧਰ ਗੁਨਾਹ ਕਰ ਲਿਆ, ਘੰਟੇ ਬਾਅਦ ਫਿਰ ਮਾਫੀ ਮੰਗ ਲਈ, ਘੰਟੇ ਬਾਅਦ ਗੁਨਾਹ ਕਰ ਲਿਆ ਫਿਰ ਮਾਫੀ ਮੰਗ ਲਈ, ਸਵੇਰੇ ਗੁਨਾਹ ਕਰ ਲਿਆ ਸ਼ਾਮੀ ਫਿਰ ਮਾਫੀ ਮੰਗ ਲਈ। ਉਹ ਭਾਈ ਲੱਦੜ ਦੇ ਬਾਸੀਓ, ਇਹ ਕੋਈ ਮਾਫੀ ਨਹੀਂ, ਇਹ ਬੇਵਕੂਫੀ ਹੈ, ਇਹ ਕੋਈ ਮਾਫੀ ਨਹੀਂ, ਇਹ ਬੇਵਕੂਫੀ ਹੈ। ਮਾਫੀ ਕੀ ਹੈ? ਯਾ ਅੱਲਾ ਸੋਹਣਿਆ, ਬਸ ਜੋ ਹੋਣਾ ਸੀ ਹੁਣ ਹੋ ਗਿਆ, ਜਿਹੜੀ ਗਲਤੀ ਹੋਣੀ ਸੀ ਮਾਲਕਾ ਹੁਣ ਹੋ ਗਈ ਹੈ, ਜਿਹੜਾ ਜੁਰਮ ਹੋਣਾ ਸੀ ਮਾਲਕਾ ਹੁਣ ਹੋ ਗਿਆ, ਬਸ ਮਾਲਕਾ ਜੋ ਹੋਣਾ ਸੀ ਹੁਣ ਹੋ ਗਿਆ। ਅੱਲਾ ਮੈਂ ਤੇਰੇ ਸਾਹਮਣੇ ਪੱਕੀ ਤੇਰੇ ਨਾਲ ਸੁਲਾਹ ਕਰਨਾ, ਅੱਲਾ ਆਈਂਦਾ ਨਹੀਂ ਆ ਗੁਨਾਹ ਕਰਾਂਗਾ, ਅੱਲਾ ਮੈਨੂੰ ਆਪਣੀ ਰਹਿਮਤ ਨਾਲ ਮਾਫ ਕਰ ਦੇ। ਫਿਰ ਰੱਬ ਨੂੰ ਕਹਿਣਾ ਪਤਾ ਕੀ ਹੈ, ਮਾਫੀਆਂ ਦੇ ਕਲਮ ਅੱਜ ਫਿਰ ਅੱਲਾ ਸੋਹਣਿਆ, ਮਾਫੀਆਂ ਦੇ ਕਲਮ ਅੱਜ ਫਿਰ ਅੱਲਾ ਸੋਹਣਿਆ, ਗੱਲ ਇਹ ਪਸੰਦ ਤੈਨੂੰ ਢੇਰ ਅੱਲਾ ਸੋਹਣਿਆ, ਚੰਗਾ ਜਾਂ ਮੰਦਾ ਆਖਰ ਤੇਰਾ ਬੰਦਾ, ਚੰਗੇ ਹਾਂ ਜਾਂ ਮੰਦੇ ਆਖਰ ਤੇਰੇ ਬੰਦੇ ਆਉਂਦੇ ਆਉਂਦੇ ਹੋ ਗਈਏ ਦੇਰ ਅੱਲਾ ਸੋਹਣਿਆ, ਮਾਫੀਆਂ ਦੇ ਕਲਮ ਅੱਜ ਫਿਰ ਅੱਲਾ ਸੋਹਣਿਆ, ਗੱਲ ਇਹ ਪਸੰਦ ਤੈਨੂੰ ਢੇਰ ਅੱਲਾ ਸੋਹਣਿਆ। ਅਲਫਾਜ਼ ਤੇ ਗੌਰ ਕਰਨਾ, ਅੱਲਾ ਗਿਣ ਗਿਣ ਮੌਲਾ ਮੈਂ ਖਤਾਵਾਂ ਦੱਸਾਂ ਕਿਹੜੀਆਂ, ਗਿਣ ਗਿਣ ਮੌਲਾ ਮੈਂ ਖਤਾਵਾਂ ਦੱਸਾਂ ਕਿਹੜੀਆਂ, ਮੱਚ ਗਿਆ ਮੇਰੇ ਕੋਲੋਂ ਨੇਰ ਅੱਲਾ ਸੋਹਣਿਆ, ਮਾਫੀਆਂ ਦੇ ਕਲਮ ਅੱਜ ਫਿਰ ਅੱਲਾ ਸੋਹਣਿਆ, ਗੱਲ ਇਹ ਪਸੰਦ ਤੈਨੂੰ ਢੇਰ ਅੱਲਾ ਸੋਹਣਿਆ।